ਸ੍ਰੀਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਠੀਕ ਠਾਕ ਹੋ ਸਾਰੇ ਜਣੇ? ਤੇ ਆਪਾਂ ਵੀ ਸਾਰੇ ਜਣੇ ਬੜੇ ਵਧੀਆ ਵਾ, ਅਸੀਂ ਚੱਲੇ ਆ ਵਰਿਆਈ। ਤਰੀਕ ਅੱਜ ਕਿੰਨੀ? 28 ਤਰੀਕ ਹੋ ਗਈ, 29? ਅੱਜ 29। ਅੱਜ 29 ਹੋ ਗਈ ਆ। ਤੇ ਵੀਡੀਓ ਬਣਾਉਣ ਚੱਲੇ ਆ ਹਰਚੋਹਾਲ। ਤੇ ਪਹਿਲਾਂ ਤਾਂ ਅਸੀਂ ਸਾਰਿਆਂ ਨੇ ਤੁਹਾਡਾ ਦਿਲੋਂ ਧੰਨਵਾਦ ਕਰਨਾ ਆ ਕਿ ਜਿੱਥੇ ਮਾਲਕ ਰੱਖਦਾ ਜਿਹੜੀ ਵੀਡੀਓ ਸੀ ਬਹੁਤ ਵਧੀਆ ਚੱਲੀ। ਕਿਉਂਕਿ ਭਾਜੀ ਹੁਣੇ ਸਾਰੀ ਵੀਡੀਓ ਬਣਾਉਂਦੇ ਆ, ਲਵਲੀ ਭਾਜੀ ਆਪ ਹੀ ਬਣਾਉਂਦੇ ਆ। ਤੇ ਮਤਲਬ ਕਿ ਉਹ ਵੀਡੀਓ ਅਸੀਂ ਬਣਾ ਵੀ ਝੱਟ ਹੀ ਲਈਦੀ ਆ ਵੀ ਇੰਨਾ ਕਦੇ, ਤੇ ਇੰਨਾ ਮਤਲਬ ਕਦੇ ਸਾਨੂੰ ਲੋਟ ਨਹੀਂ ਉਹ ਵੀਡੀਓ ਦਾ ਲੱਗਾ। ਪਰ ਫਿਰ ਵੀ ਤੁਸੀਂ ਸਾਰਿਆਂ ਨੇ ਇੰਨਾ ਪਿਆਰ ਦਿੱਤਾ, ਉਹ ਵੀਡੀਓ ਦੀ ਸਟੋਰੀ ਵੀ ਬਹੁਤ ਵਧੀਆ, ਸਾਰੇ ਕਹਿ ਰਹੇ ਕਿ ਬਹੁਤ ਵਧੀਆ ਸਟੋਰੀ ਆ। ਪਹਿਲਾਂ ਕੀ ਹੁੰਦਾ ਸੀ, ਜਦੋਂ ਅਸੀਂ ਵੀਡੀਓ ਕੋਈ ਵੀ ਐਂਡ ਕਰਦੇ ਸੀ ਨਾ, ਸਾਰੇ ਜਣੇ ਕਮੈਂਟ ਕਰਦੇ ਵੀ ਇਹਦੇ ਇੱਕ ਪਾਰਟ ਹੋਰ ਬਣਾਓ, ਦੋ ਪਾਰਟ ਹੋਰ ਬਣਾਓ, ਹੋਰ ਚੱਲਣੀ ਚਾਹੀਦੀ, ਹੋਰ ਚੱਲਣੀ ਚਾਹੀਦੀ। ਬਟ ਮਤਲਬ ਕਿ ਇਹ ਸਟੋਰੀ ਇੱਦਾਂ ਐਂਡ ਹੋਈ ਆ ਕਿ ਜਿੱਦਾਂ ਪਰਫੈਕਟਲੀ ਐਂਡ ਹੋਈ, ਹੈ ਨਾ। ਮਤਲਬ ਕਿਸੇ ਨੂੰ ਲੋੜ ਨਹੀਂ ਲੱਗੀ, ਕਿਸੇ ਨੇ ਨਹੀਂ ਕਿਹਾ ਕਿ ਹੋਰ ਬਣਾਓ, ਅੱਗੇ ਹੋਰ ਬਣਾਓ। ਤੇ ਇਸ ਕਰਕੇ ਉਹ ਸਟੋਰੀ ਜਿਹੜੀ ਬਹੁਤ ਵਧੀਆ ਚੱਲੀ ਆ, ਸਾਰਾ ਕੁਝ ਵਿਖਾ ਦਿੱਤਾ ਨਾ, ਸਾਰਾ ਕੁਝ ਵਿਖਾ ਦਿੱਤਾ ਜਿਵੇਂ ਵੀ ਇੱਦਾਂ ਇੱਦਾਂ ਹੋ ਗਿਆ, ਹੈ ਨਾ। ਬੜੇ ਕਮੈਂਟ ਆਏ ਸਾਨੂੰ ਕਿ ਸਾਡੇ ਘਰਾਂ ਦੀ ਵੀ ਸੇਮ ਸਟੋਰੀ ਆ, ਸਾਡੇ ਨਾਲ ਵੀ ਇੱਦਾਂ ਹੋਇਆ। ਲੋਕੀ ਆਪਣੇ ਆਪ ਨਾਲ ਜੋੜਦੇ ਨੇ ਉਹਨਾਂ ਚੀਜ਼ਾਂ ਨੂੰ, ਤੇ ਵਧੀਆ ਲੱਗਦਾ ਸਾਨੂੰ ਜੇ ਤੁਸੀਂ ਕਮੈਂਟ ਕਰਦੇ ਜੇ, ਤੇ ਇੱਦਾਂ ਹੀ ਅੱਗੇ ਵੀ ਪਿਆਰ ਦਿੰਦੇ ਰਹੋ। ਤੇ ਦੂਜੀ ਗੱਲ ਇੱਕ ਹੋਰ ਕਰਨੀ ਆ ਕਿ ਲਵਲੀ ਭਾਜੀ ਦਾ ਤੇ ਰੁਪਿੰਦਰ ਭਾਬੀ ਜੀ ਦਾ ਇੱਕ ਆਪਣਾ ਇਹਨਾਂ ਨੇ ਚੈਨਲ ਨਵਾਂ ਸ਼ੁਰੂ ਕੀਤਾ ਆ, ਛੋਟਾ ਜਿਹਾ, ਤੇ ਉਹਦੇ ਉੱਤੇ ਸ਼ੋਰਟਸ ਵਗੈਰਾ ਪਾਉਂਦੇ ਨੇ, ਆਪਣੀਆਂ ਡੇਲੀ ਅਪਡੇਟਸ ਜਿਹੜੀਆਂ ਹੋਣਗੀਆਂ ਜਿੱਥੇ ਕਿਤੇ ਜਾਂਦੇ ਨੇ ਜਾਂ, ਹੈ ਨਾ, ਉਹ ਸਾਰੀ ਚੀਜ਼ਾਂ ਉਸੇ ਚੈਨਲ ਦੇ ਉੱਤੇ ਪਾਉਂਦੇ ਆ। ਤੇ ਤੁਸੀਂ ਸਾਰੇ ਜਣੇ ਜਾ ਕੇ ਜ਼ਰੂਰ ਉਹ ਚੈਨਲ ਸਬਸਕ੍ਰਾਈਬ ਕਰੋ, ਕੋਈ ਇਹਨਾਂ ਦਾ ਵਲੋਗ ਹੋਵੇ ਜਾਂ ਬਲੂਪਰ ਵਗੈਰਾ ਹੋਣ, ਤੁਸੀਂ ਉਹ ਚੈਨਲ ਜਾ ਕੇ ਸਬਸਕ੍ਰਾਈਬ ਕਰਕੇ ਦੇਖ ਸਕਦੇ ਹੋ। ਤੇ ਹੋਰ ਤੁਸੀਂ ਦੱਸੋ ਆਪਣੇ ਚੈਨਲ ਬਾਰੇ ਥੋੜ੍ਹਾ ਬਹੁਤਾ। ਚੈਨਲ ਚਲਾਇਆ ਹੀ ਅਸੀਂ, ਚਲੋ ਭੈਣ ਭਰਾਵਾਂ ਦੇ ਨਾਲ ਹੀ ਆ ਜੀ ਚੱਲਾਂ, ਹੈ ਨਾ। ਅਤੇ ਮਤਲਬ ਕੋਈ ਵੀ ਅਪਡੇਟ ਤੁਸੀਂ ਦੇਖਣੀ ਹੋਵੇ ਤਾਂ ਉਹ ਚੈਨਲ ਦਾ ਜੋ ਲਿੰਕ ਆ ਉਹ ਅਸੀਂ ਕਮੈਂਟ ਪਹਿਲੇ ਦੇ ਵਿੱਚ ਦੇ ਦਾਂਗੇ, ਅਤੇ ਸਾਰੇ ਜਣੇ ਜਾ ਕੇ ਜ਼ਰੂਰ ਉਹ ਚੈਨਲ ਸਬਸਕ੍ਰਾਈਬ ਕਰੋ। ਅਤੇ ਕੋਈ ਵੀ ਇਹਨਾਂ ਦੀ ਆਉਣ ਵਾਲੀ ਅਪਡੇਟ, ਕੋਈ ਵੀ ਵਲੋਗ ਜਾਂ ਕੁਛ ਵੀ, ਉਹ ਤੁਸੀਂ ਉਹ ਚੈਨਲ ਤੋਂ ਦੇਖ ਸਕਦੇ ਹੋ। ਅਤੇ ਹੋਰ ਹੋਰ ਕੋਈ ਗੱਲਬਾਤ ਦੱਸੋ ਭਾਬੀ ਤੁਸੀਂ? ਬਸ ਇਹੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵਧੀਆ ਵਧੀਆ ਵਲੋਗ ਲੈ ਕੇ ਆਵਾਂਗੇ। ਹਾਂਜੀ, ਤੇ ਬਸ ਇੰਨਾ ਹੀ ਪਿਆਰ ਦਿੰਦੇ ਰਹੋ, ਇਹੀ ਕੰਮ ਇੰਨਾ ਹੀ ਕਰਦੇ ਰਹੋ, ਇੰਨਾ ਹੀ ਕਰਦੇ ਰਹਾਂਗੇ। ਤੇ ਅਜੇ ਤਾਂ ਬੜਾ ਲੰਬਾ ਸਫ਼ਰ ਸਾਡਾ ਸਾਰਿਆਂ ਦਾ ਇਕੱਠਿਆਂ ਦਾ, ਚਲੋ। ਤੇ ਹੋਰ ਇੱਕ ਨਵੀਂ ਵੀਡੀਓ ਬਾਰੇ, ਹਾਂ ਨਵੀਂ ਵੀਡੀਓ ਅਸੀਂ ਸੋਚੀ ਆ, ਜਿੱਥੇ ਮਾਲਕ ਰੱਖਦਾ ਹੁਣ ਐਂਡ ਹੋ ਗਈ ਆ, ਅਤੇ ਰੱਖਣੀ ਵਾਲੀ ਵੀਡੀਓ ਦੇ ਇੱਕ ਜਾਂ ਦੋ ਜਾਂ ਤਿੰਨ ਮੈਕਸੀਮਮ ਪਾਰਟ ਆਉਣੇ ਆ। ਉਸ ਤੋਂ ਬਾਅਦ ਫਿਰ ਅਸੀਂ ਸਗੀਆਂ ਭੈਣਾਂ ਵਾਲੀ ਇੱਕ ਵੀਡੀਓ ਸ਼ੁਰੂ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਰੁਪਿੰਦਰ ਭਾਬੀ ਅਤੇ ਅਮਰਜੋਤ ਜਿਹੜੇ ਦੋਨੋਂ ਸਗੀਆਂ ਭੈਣਾਂ ਹੋਣਗੀਆਂ, ਅਤੇ ਉਹ ਕਿੱਦਾਂ ਕਿੱਦਾਂ ਉਹਨਾਂ ਦੀ ਲਾਈਫ ਦੇ ਵਿੱਚ ਚੱਲਦਾ ਆ, ਉਹ ਸਾਰੀਆਂ ਚੀਜ਼ਾਂ ਬਾਰੇ ਹੋਏਗਾ। ਸੋ ਉਹਦੇ ਵਾਸਤੇ ਤੁਸੀਂ ਚੈਨਲ ਦੇ ਨਾਲ ਜੁੜੇ ਰਹੋ, ਅਤੇ ਅੱਗੇ ਜਿੱਦਾਂ ਦੀ ਤੁਹਾਨੂੰ ਵੀਡੀਓ ਲੱਗੇਗੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਕਰੋ ਕਿ ਕਿੱਦਾਂ ਦੀ ਲੱਗਦੀ, ਫਿਰ ਅਸੀਂ ਉਹ ਚੀਜ਼ ਉਹਦੇ ਨਾਲ ਨਾਲ ਹੀ ਆਪਾਂ ਸੁਧਾਰ ਕਰਦੇ ਰਹਿੰਦੇ ਆਪਣੀਆਂ ਵੀਡੀਓਜ਼ ਦੇ ਵਿੱਚ, ਹੈ ਨਾ। ਗਲਤੀਆਂ ਦੱਸਦੇ ਰਿਹਾ ਕਰੋ, ਗਲਤੀਆਂ ਦੱਸ, ਇੱਦਾਂ ਹੀ ਹੁੰਦਾ ਵਾ ਕਿ ਜਿੱਦਾਂ ਉੱਦਾਂ ਹੁਣ ਅਸੀਂ ਬਣਾਉਂਦੇ ਰਹਿੰਦੇ ਹਾਂ ਅਤੇ ਸਾਨੂੰ ਕਈ ਚੀਜ਼ਾਂ ਨਹੀਂ ਪਤਾ ਲੱਗਦਾ। ਹਾਂਜੀ, ਹੁਣ ਇੱਕ ਦਿਨ 'ਚ ਚਾਰ ਚਾਰ ਵੀਡੀਓ ਬਣਾਈਆਂ, ਉਹ ਗਲਤੀਆਂ ਨਹੀਂ ਪਤਾ ਲੱਗਦਾ। ਇੱਦਾਂ ਹੀ ਹੁੰਦਾ, ਇੱਦਾਂ ਹੀ ਹੁੰਦਾ, ਬੜਾ ਚੱਲੇ ਜਾਂਦੇ। ਜੇ ਅੱਜ ਉੱਥੇ ਮੈਂ ਜਾਣਾ ਸ਼ਿਕਾਰ ਮਾਸੀਆਂ ਜਾਣਾ ਸੀ, ਜੇ ਨਾ ਜਾਣਾ ਹੁੰਦਾ ਫਿਰ ਘਰ ਜਾ ਕੇ ਫਿਰ ਵੀਡੀਓ ਬਣਾਉਣੀ ਸੀ, ਹੋ ਸਕਦਾ ਦੋ ਬਣ ਜਾਂਦੀਆਂ। ਹਾਂ, ਅਤੇ ਆਪ ਕਈ ਵਾਰੀ ਕੰਮ 'ਚ ਨਹੀਂ ਪਤਾ ਲੱਗਦਾ। ਹੁਣ ਕੱਲ੍ਹ ਵੀਡੀਓ ਪਈ ਸੀਗੀ, ਪਾਉਣਾ ਸੀ ਭਤੀਜੀ ਦਾ ਹਿੱਸਾ, ਅਤੇ ਪੈ ਗਈ ਨਿਆਣੀ ਮਾਤਾ, ਉਹ ਮੈਨੂੰ ਇੱਕ ਭੈਣ ਜੀ ਦਾ ਸਗੋਂ ਫੋਨ ਵੀ ਆਇਆ, ਮੈਸੇਜ ਆਇਆ ਕਿ ਤੁਸੀਂ ਗਲਤ ਵੀਡੀਓ ਪਾ ਦਿੱਤੀ। ਅਤੇ ਇਹ ਆ ਵੀ ਤੁਸੀਂ ਦੱਸਦੇ ਹੋ ਤਾਂ ਸਗੋਂ ਪਤਾ ਲੱਗ ਜਾਂਦਾ ਵਾ, ਅਤੇ ਇੱਦਾਂ ਹੀ ਸਾਨੂੰ ਗਲਤੀਆਂ ਦੱਸਦੇ ਰਿਹਾ ਕਰੋ, ਅਤੇ ਉਸ ਹਿਸਾਬ ਨਾਲ ਹੀ ਸੁਧਾਰ ਕਰਦੇ ਰਹੀਏ, ਇੱਦਾਂ ਹੀ ਤੁਹਾਡੇ ਵਾਸਤੇ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਹੀਏ। ਅਤੇ ਭਾਜੀ ਹੁਣਾਂ ਦੇ ਚੈਨਲ ਨੂੰ ਹੁੰਦੇ ਆ ਸਾਰੇ ਜਣੇ ਜਾ ਕੇ ਸਬਸਕ੍ਰਾਈਬ ਕਰੋ, ਅਤੇ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਦੇ ਨਾਲ ਜੁੜੇ ਰਹੋ। ਅਤੇ ਬਸ ਹੁਣ ਚਲੋ, ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤਰੀਕ ਅੱਜ ਕਿੰਨੀ? 28 ਤਰੀਕ ਹੋ ਗਈ, 29? ਅੱਜ 29। ਅੱਜ 29 ਹੋ ਗਈ ਆ। ਤੇ ਵੀਡੀਓ ਬਣਾਉਣ ਚੱਲੇ ਆ ਹਰਚੋਹਾਲ। ਤੇ ਪਹਿਲਾਂ ਤਾਂ ਅਸੀਂ ਸਾਰਿਆਂ ਨੇ ਤੁਹਾਡਾ ਦਿਲੋਂ ਧੰਨਵਾਦ ਕਰਨਾ ਆ ਕਿ ਜਿੱਥੇ ਮਾਲਕ ਰੱਖਦਾ ਜਿਹੜੀ ਵੀਡੀਓ ਸੀ ਬਹੁਤ ਵਧੀਆ ਚੱਲੀ, ਕਿਉਂਕਿ ਭਾਜੀ ਹੁਣੇ ਸਾਰੀ ਵੀਡੀਓ ਬਣਾਉਂਦੇ ਆ, ਲਵਲੀ ਭਾਜੀ ਆਪ ਹੀ ਬਣਾਉਂਦੇ ਆ। ਤੇ ਮਤਲਬ ਕਿ ਉਹ ਵੀਡੀਓ ਅਸੀਂ ਬਣਾ ਵੀ ਝੱਟ ਹੀ ਲਈਦੀ ਆ ਵੀ ਇੰਨਾ ਕਦੇ, ਅਤੇ ਇੰਨਾ ਮਤਲਬ ਕਦੇ ਸਾਨੂੰ ਲੋਟ ਨਹੀਂ ਉਹ ਵੀਡੀਓ ਦਾ ਲੱਗਾ। ਪਰ ਫਿਰ ਵੀ ਤੁਸੀਂ ਸਾਰਿਆਂ ਨੇ ਇੰਨਾ ਪਿਆਰ ਦਿੱਤਾ, ਉਹ ਵੀਡੀਓ ਦੀ ਸਟੋਰੀ ਵੀ ਬਹੁਤ ਵਧੀਆ, ਸਾਰੇ ਕਹਿ ਰਹੇ ਕਿ ਬਹੁਤ ਵਧੀਆ ਸਟੋਰੀ ਆ। ਪਹਿਲਾਂ ਕੀ ਹੁੰਦਾ ਸੀ, ਜਦੋਂ ਅਸੀਂ ਵੀਡੀਓ ਕੋਈ ਵੀ ਐਂਡ ਕਰਦੇ ਸੀ ਨਾ, ਸਾਰੇ ਜਣੇ ਕਮੈਂਟ ਕਰਦੇ ਵੀ ਇਹਦੇ ਇੱਕ ਪਾਰਟ ਹੋਰ ਬਣਾਓ, ਦੋ ਪਾਰਟ ਹੋਰ ਬਣਾਓ, ਹੋਰ ਚੱਲਣੀ ਚਾਹੀਦੀ, ਹੋਰ ਚੱਲਣੀ ਚਾਹੀਦੀ। ਬਟ ਮਤਲਬ ਕਿ ਇਹ ਸਟੋਰੀ ਇੱਦਾਂ ਐਂਡ ਹੋਈ ਆ ਕਿ ਜਿੱਦਾਂ ਪਰਫੈਕਟਲੀ ਐਂਡ ਹੋਈ, ਹੈ ਨਾ। ਮਤਲਬ ਕਿਸੇ ਨੂੰ ਲੋੜ ਨਹੀਂ ਲੱਗੀ, ਕਿਸੇ ਨੇ ਨਹੀਂ ਕਿਹਾ ਕਿ ਹੋਰ
ਹੋਰ ਬਣਾਓ ਅੱਗੇ ਹੋਰ ਬਣਾਓ ਤੇ ਇਸ ਕਰਕੇ ਉਹ ਸਟੋਰੀ ਜਿਹੜੀ ਬਹੁਤ ਵਧੀਆ ਚੱਲੀ ਆ ਸਾਰਾ ਕੁਝ ਵਿਖਾਤਾ ਨਾ ਸਾਰਾ ਕੁਝ ਵਿਖਾਤਾ ਦੇ ਵਿੱਚ ਵੀ ਇਦਾਂ ਇਦਾਂ ਹੋ ਗਿਆ ਹਨਾ ਨਾਲੇ ਆਮ ਘਰਾਂ ਵਿੱਚ ਹੁੰਦਾ ਵੀ ਹੈ ਨਾ ਐਵੇਂ ਬੜੇ ਕਮੈਂਟ ਆਏ ਸਾਨੂੰ ਕਿ ਸਾਡੇ ਸਾਡੇ ਘਰਾਂ ਦੀ ਵੀ ਸੇਮ ਸਟੋਰੀ ਆ ਸਾਡੇ ਨਾਲ ਵੀ ਇਦਾਂ ਹੋਇਆ ਲੋਕੀ ਆਪਣੇ ਆਪ ਨਾਲ ਜੋੜਦੇ ਨੇ ਉਹਨਾਂ ਚੀਜ਼ਾਂ ਨੂੰ ਤੇ ਵਧੀਆ ਲੱਗਦਾ ਸਾਨੂੰ ਜੇ ਤੁਸੀਂ ਕਮੈਂਟ ਕਰਦੇ ਜੇ ਤੇ ਇਦਾਂ ਹੀ ਅੱਗੇ ਵੀ ਪਿਆਰ ਦਿੰਦੇ ਰਹੋ ਤੇ ਦੂਜੀ ਗੱਲ ਇੱਕ ਹੋਰ ਕਰਨੀ ਆ ਕਿ ਲਵਲੀ ਭਾਜੀ ਦਾ ਤੇ ਰਪਿੰਦਰ ਭਾਬੀ ਜੀ ਦਾ ਇੱਕ ਆਪਣਾ ਇਹਨਾਂ ਨੇ ਚੈਨਲ ਨਵਾਂ ਸ਼ੁਰੂ ਕੀਤਾ ਆ ਛੋਟਾ ਜਿਹਾ ਤੇ ਉਹਦੇ ਉੱਤੇ ਸ਼ਾਰਟਸ ਵਗੈਰਾ ਪਾਉਂਦੇ ਨੇ ਆਪਣੀਆਂ ਡੇਲੀ ਅਪਡੇਟਸ ਜਿਹੜੀਆਂ ਹੋਣਗੀਆਂ ਜਿੱਥੇ ਕਿਤੇ ਜਾਂਦੇ ਨੇ ਜਾਂ ਹਨਾ ਉਹ ਸਾਰੀ ਚੀਜ਼ਾਂ ਉਸੇ ਚੈਨਲ ਦੇ ਉੱਤੇ ਪਾਉਂਦੇ ਆ ਤੇ ਤੁਸੀਂ ਸਾਰੇ ਜਣੇ ਜਾ ਕੇ ਜ਼ਰੂਰ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਕੋਈ ਇਹਨਾਂ ਦਾ ਵਲੋਗ ਹੋਵੇ ਜਾਂ ਬਲੂਪਰ ਵਗੈਰਾ ਹੋਣ ਤੁਸੀਂ ਉਹ ਚੈਨਲ ਜਾ ਕੇ ਸਬਸਕ੍ਰਾਈਬ ਕਰਕੇ ਦੇਖ ਸਕਦੇ ਹੋ ਤੇ ਹੋਰ ਤੁਸੀਂ ਦੱਸੋ ਆਪਣੇ ਚੈਨਲ ਬਾਰੇ ਥੋੜ੍ਹਾ ਬਹੁਤਾ ਚੈਨਲ ਚਲਾਇਆ ਹੀ ਚਲੋ ਭੈਣ ਭਰਾਵਾਂ ਦੇ ਨਾਲ ਹੀ ਆ ਜੀ ਚੱਲਾਂ ਹਨਾ ਤੇ ਮਤਲਬ ਕੋਈ ਵੀ ਅਪਡੇਟ ਤੁਸੀਂ ਦੇਖਣੀ ਹੋਵੇ ਤਾਂ ਉਹ ਚੈਨਲ ਦਾ ਜੋ ਲਿੰਕ ਆ ਉਹ ਅਸੀਂ ਕਮੈਂਟ ਪਹਿਲੇ ਦੇ ਵਿੱਚ ਦੇ ਦਾਂਗੇ ਤੇ ਸਾਰੇ ਜਣੇ ਜਾ ਕੇ ਜ਼ਰੂਰ ਉਹ ਚੈਨਲ ਸਬਸਕ੍ਰਾਈਬ ਕਰੋ ਤੇ ਕੋਈ ਵੀ ਇਹਨਾਂ ਦੀ ਆਉਣ ਵਾਲੀ ਅਪਡੇਟ ਕੋਈ ਵੀ ਵਲੋਗ ਜਾਂ ਕੁਛ ਵੀ ਉਹ ਤੁਸੀਂ ਉਹ ਚੈਨਲ ਤੋਂ ਦੇਖ ਸਕਦੇ ਹੋ ਤੇ ਹੋਰ ਹੋਰ ਕੋਈ ਗੱਲਬਾਤ ਦੱਸੋ ਭਾਬੀ ਤੁਸੀਂ ਬਸ ਇਹੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵਧੀਆ ਵਧੀਆ ਵਲੋਗ ਲੈ ਕੇ ਆਵਾਂਗੇ ਹਾਂਜੀ ਜਿੱਥੇ ਮਲਕ ਰੱਖਦਾ ਹੁਣ ਐਂਡ ਹੋ ਗਈ ਆ ਤੇ ਰੱਖਣੀ ਵਾਲੀ ਵੀਡੀਓ ਦੇ ਇੱਕ ਜਾਂ ਦੋ ਜਾਂ ਤਿੰਨ ਮੈਕਸੀਮਮ ਪਾਰਟ ਆਉਣੇ ਉਹ ਤੋਂ ਬਾਅਦ ਫਿਰ ਅਸੀਂ ਸਗੀਆਂ ਭੈਣਾਂ ਵਾਲੀ ਇੱਕ ਵੀਡੀਓ ਸ਼ੁਰੂ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਰੁਪਿੰਦਰ ਭਾਬੀ ਅਤੇ ਅਮਰਜੋਤ ਜਿਹੜੇ ਦੋਨੋਂ ਸਗੀਆਂ ਭੈਣਾਂ ਹੋਣਗੀਆਂ ਅਤੇ ਉਹ ਕਿੱਦਾਂ ਕਿੱਦਾਂ ਉਹਨਾਂ ਦੀ ਲਾਈਫ ਦੇ ਵਿੱਚ ਚੱਲਦਾ ਆ ਉਹ ਸਾਰੀਆਂ ਚੀਜ਼ਾਂ ਬਾਰੇ ਹੋਏਗਾ ਸੋ ਉਹਦੇ ਵਾਸਤੇ ਤੁਸੀਂ ਚੈਨਲ ਦੇ ਨਾਲ ਜੁੜੇ ਰਹੋ ਅਤੇ ਅੱਗੇ ਜਿੱਦਾਂ ਦੀ ਤੁਹਾਨੂੰ ਵੀਡੀਓ ਲੱਗੇਗੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਕਰੋ ਕਿ ਕਿੱਦਾਂ ਦੀ ਲੱਗਦੀ ਫਿਰ ਅਸੀਂ ਉਹ ਚੀਜ਼ ਉਹਦੇ ਨਾਲ ਨਾਲ ਹੀ ਆਪਾਂ ਸੁਧਾਰ ਕਰਦੇ ਰਹਿੰਦੇ ਆਪਣੀਆਂ ਵੀਡੀਓਜ਼ ਦੇ ਵਿੱਚ ਹੈ ਨਾ ਗਲਤੀਆਂ ਦੱਸਦੇ ਰਿਹਾ ਕਰੋ ਗਲਤੀਆਂ ਦੱਸ ਇੱਦਾਂ ਹੀ ਹੁੰਦਾ ਵਾ ਕਿ ਜਿੱਦਾਂ ਉੱਦਾਂ ਹੁਣ ਅਸੀਂ ਬਣਾਉਂਦੇ ਰਹਿੰਦੇ ਹਾਂ ਅਤੇ ਸਾਨੂੰ ਕਈ ਚੀਜ਼ਾਂ ਨਹੀਂ ਪਤਾ ਲੱਗਦਾ ਅਸੀਂ ਹੁਣ ਇੱਕ ਦਿਨ 'ਚ ਚਾਰ ਚਾਰ ਵੀਡੀਓ ਬਣਾਈਆਂ ਉਹ ਗਲਤੀਆਂ ਨਹੀਂ ਪਤਾ ਲੱਗਦਾ ਇੱਦਾਂ ਹੀ ਹੁੰਦਾ ਇੱਦਾਂ ਹੀ ਹੁੰਦਾ ਬੜਾ ਚੱਲੇ ਜਾਂਦੇ ਜੇ ਅੱਜ ਉੱਥੇ ਮੈਂ ਜਾਣਾ ਸ਼ਿਕਾਰ ਮਾਸੀਆਂ ਜਾਣਾ ਸੀ ਜੇ ਨਾ ਜਾਣਾ ਹੁੰਦਾ ਫਿਰ ਘਰ ਜਾ ਕੇ ਫਿਰ ਵੀਡੀਓ ਬਣਾਉਣੀ ਸੀ ਹੋ ਸਕਦਾ ਦੋ ਬਣ ਜਾਂਦੀਆਂ ਹਾਂ ਆਪ ਕਈ ਵਾਰੀ ਕੰਮ 'ਚ ਨਹੀਂ ਪਤਾ ਲੱਗਦਾ ਹੁਣ ਕੱਲ੍ਹ ਵੀਡੀਓ ਪਈ ਸੀਗੀ ਪਾਉਣਾ ਸੀ ਭਤੀਜੀ ਦਾ ਹਿੱਸਾ ਅਤੇ ਪੈ ਗਈ ਨਿਆਣੀ ਮਾਤਾ ਉਹ ਮੈਨੂੰ ਇੱਕ ਭੈਣ ਜੀ ਦਾ ਸਗੋਂ ਫੋਨ ਵੀ ਆਇਆ ਮੈਸੇਜ ਆਇਆ ਕਿ ਤੁਸੀਂ ਗਲਤ ਵੀਡੀਓ ਪਾ ਦਿੱਤੀ ਅਤੇ ਇਹ ਆ ਵੀ ਤੁਸੀਂ ਦੱਸਦੇ ਹੋ ਤਾਂ ਸਗੋਂ ਪਤਾ ਲੱਗ ਜਾਂਦਾ ਵਾ ਅਤੇ ਇੱਦਾਂ ਹੀ ਸਾਨੂੰ ਗਲਤੀਆਂ ਦੱਸਦੇ ਰਿਹਾ ਕਰੋ ਅਤੇ ਉਸ ਹਿਸਾਬ ਨਾਲ ਹੀ ਸੁਧਾਰ ਕਰਦੇ ਰਹੀਏ ਇੱਦਾਂ ਹੀ ਤੁਹਾਡੇ ਵਾਸਤੇ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਹੀਏ ਅਤੇ ਭਾਅ ਜੀ ਉਹਨਾਂ ਦੇ ਚੈਨਲ ਹੁੰਦੇ ਆ ਸਾਰੇ ਜਣੇ ਜਾ ਕੇ ਸਬਸਕ੍ਰਾਈਬ ਕਰੋ ਅਤੇ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਬਸ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਰ ਦਿੰਦੀ ਨਾ ਮੀਨ ਬਾਏ ਕਰਦੇ ਬਾਏ ਕਰ ਦੋ ਬਾਏ ਮਰਜ਼ੀ ਨਹੀਂ